गुरमुख प्यारियो अपने चैनल नूं सबसक्राइब कर लियो ते वीडियो नूं शेयर करियो लाइक ते कमेंट भी करियो। संगत जी कुछ बेनतियां मैं अज सांझियां करनियां ने तुहाडे नाल खास तौर ते सतगुरु कृपा करन। गुरमुखो एक गल है जिवें कि तुसीं भी कहिंदे हो कहिंदे ने सस बन गई है डैण ते ननान बन गई है भैण। एक कहावत है उस दे बाबत मैं कुछ बेनतियां अज सांझियां करनियां ने। सो सारे जने फतेह बुलाओ आरंभ तां करिए। आखो जी वाहिगुरु जी का खालसा वाहिगुरु जी की फतेह। प्यारियो अमरीका दे विच एक खुदकुशी कीती गई है लड़की दे वल्लों जिसका नाम है मनदीप। उस लड़की दे वल्लों खुदकुशी करके अपनी जीवन लीला समाप्त कर ली गई है। वो तुहानू सारयां नू पता ही है उस बारे बहुता कोई दसण दी वैसे लोड़ कोई है नहीं। आखर दे विच जदों बंदा चढ़ाई कर जांदा है तो सारे दोष जिहड़े ने दूसरियां ते लग जांदे ने जिहड़े मगर बाकी बचदे ने। तो एक चंगे तो चंगा रिश्तेदार क्यों ना होवे आखर दे विच जदों अगले दी धी चढ़ाई कर जावे तो वह सारा इल्ज़ाम जिहड़ा सहुरियां ते पैंदा है पेके सारा इल्ज़ाम सहुरियां ते लाउंदे ने। जे किते आखर दे विच मुंडे नूं कुछ हो जाए तो सहुरे जिहड़े ने ਉਹ ਕੁੜੀ ਦੇ ਪੇਕਿਆਂ 'ਤੇ ਇਲਜ਼ਾਮ ਲਾਉਂਦੇ ਨੇ। ਇਹ ਰਿਵਾਜ਼ੀ ਗੱਲ ਹੈ ਸਾਰੀ, ਬਹੁਤਾ ਕੁਝ ਦੱਸਣ ਦੀ ਲੋੜ ਵੈਸੇ ਹੈ ਨਹੀਂ। ਪਰ ਇੱਕ ਗੱਲ ਜਿਹੜੀ ਹੈ ਮੈਂ ਫਿਰ ਵੀ ਖਾਸ ਤੌਰ 'ਤੇ ਕਰਨੀ ਚਾਹੁੰਦਾ। ਮਨਦੀਪ ਦਾ ਕੇਸ ਹੋਇਆ, ਮਨਦੀਪ ਚੜ੍ਹਾਈ ਕੀਤੀ, ਮਨਦੀਪ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਅੱਜ ਸਾਰਾ ਦੋਸ਼ ਉਸ ਦੇ ਸਹੁਰੇ ਪਰਿਵਾਰ 'ਤੇ ਲੱਗਦਾ ਪਿਆ, ਉਸਦੀ ਸੱਸ 'ਤੇ ਲੱਗਦਾ ਪਿਆ, ਉਹਦੇ ਦਿਓਰ 'ਤੇ ਲੱਗਦਾ ਪਿਆ, ਉਹਦੇ ਸਹੁਰੇ 'ਤੇ ਲੱਗਦਾ ਪਿਆ, ਉਹਦੇ ਘਰ ਵਾਲੇ 'ਤੇ ਲੱਗਦਾ ਪਿਆ। ਅਸਲ ਦੇ ਵਿੱਚ ਹੋ ਸਕਦਾ ਕਿ ਇਹ ਗੱਲ ਸੱਚੀ ਨਾ ਹੋਵੇ, ਹੋ ਸਕਦਾ ਇਹ ਗੱਲ ਜਿਹੜੀ ਆ ਝੂਠ ਹੋਵੇ, ਹੋ ਸਕਦਾ ਇਹ ਗੱਲ ਬਿਲਕੁਲ ਸੱਚੀ ਨਾ ਹੋਵੇ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਆਪਾਂ ਇਸ ਬਾਰੇ ਕੁਝ ਵੀ ਕਹਿ ਨਹੀਂ ਸਕਦੇ। ਚਲੋ ਫਿਰ ਵੀ ਜਿੰਨਾ ਕੁ ਹੈ ਮੈਂ ਗੱਲ ਕਰਨੀ ਚਾਹੁੰਦਾ, ਜਿੰਨਾ ਕੁ ਹੈ ਮੈਂ ਗੱਲ ਜਿਹੜੀ ਆ ਸਾਫ਼ ਕਰ ਦੇਣੀ ਚਾਹੁੰਦਾ। ਇੱਕ ਗੱਲ ਇੱਥੇ ਬਿਲਕੁਲ ਸਾਫ਼ ਹੈ, ਉਹ ਗੱਲ ਇਹ ਵੇ ਕਿ ਆਖਰ ਦੇ ਵਿੱਚ ਬੰਦਾ ਚੜ੍ਹਾਈ ਕਰ ਗਿਆ ਅਤੇ ਮਗਰਲੇ ਬੰਦੇ ਜਿਹੜੇ ਨੇ ਉਸ ਦੇ ਭਾਗੀਦਾਰ ਸਮਝੇ ਜਾਂਦੇ ਨੇ। ਹੁਣ ਸੱਚ ਕੀ ਹੈ? ਭਾਵੇਂ ਉਸ ਲੜਕੀ ਦੀ ਵੀਡੀਓ ਸਾਹਮਣੇ ਆਈ ਹੈ, ਆਖਰ ਦੇ ਵਿੱਚ ਹੋ ਸਕਦਾ ਉਹ ਸੱਚ ਹੋਵੇ ਹੀ ਨਾ, ਹੋ ਸਕਦਾ ਉਹ ਸੱਚ ਨਾ ਹੋਵੇ, ਸੱਚ ਕੁਝ ਹੋਰ ਹੋਵੇ। ਪਰ ਅਸੀਂ ਬਿਨਾਂ ਕੁਝ ਸੋਚੇ ਸਮਝੇ ਅੱਜ ਆਪਣੇ ਵਿਚਾਰ ਪੇਸ਼ ਕਰ ਰਹੇ ਹਾਂ। ਫੇਸਬੁੱਕ 'ਤੇ ਲੱਗੇ ਹੋਏ ਨੇ ਲੋਕ, ਫਲਾਣਾ ਹੋ ਗਿਆ ਜੀ, ਢਿਕੜਾ ਹੋ ਗਿਆ ਜੀ, ਮਨਦੀਪ ਐਂ ਸੀ, ਮਨਦੀਪ ਕੁਛ ਲੋਕਾਂ ਨੇ ਮਨਦੀਪ ਨੂੰ ਇਹ ਬੁਰਾ ਬਣਾਤਾ, ਦੱਸੋ ਜੀ, ਕੁਛ ਲੋਕਾਂ ਨੇ ਉਹਦੀ ਸੱਸ ਨੂੰ ਬੁਰਾ ਬਣਾਤਾ, ਕੁਛ ਲੋਕਾਂ ਨੇ ਇਹ ਗੱਲਾਂ ਵੀ ਚਲਾਤੀਆਂ ਕਿ ਉਹਦੀ ਸੱਸ ਟੌਂਟਬਾਜ਼ੀ ਕਰਦੀ ਸੀ, ਉਹਦੀ ਸੱਸ ਉਹਦੇ ਤੋਂ ਮੁੰਡਾ ਮੰਗਦੀ ਸੀ, ਦੋ ਕੁੜੀਆਂ ਦੀ ਉਹ ਮਾਂ ਸੀ, ਕਹਿੰਦੇ ਜੀ ਇਸ ਕਰਕੇ ਉਹਨੂੰ ਟੌਰਚਰ ਕੀਤਾ ਜਾਂਦਾ ਸੀ। ਤੁਹਾਨੂੰ ਪਤਾ ਹੈ, ਤੁਸੀਂ ਕੋਲ ਸੀ ਸਾਰੇ, ਤੁਹਾਨੂੰ ਇਸ ਗੱਲ ਦਾ ਬਾਖੂਬੀ ਪਤਾ ਹੈ, ਤੁਸੀਂ ਕੋਲੇ ਬੈਠੇ ਸੀ ਸਾਰੇ। ਜਦੋਂ ਇਹਨਾਂ ਗੱਲਾਂ ਦੇ ਜਵਾਬ ਮੰਗੇ ਜਾਂਦੇ ਨੇ ਤਾਂ ਫਿਰ ਸਾਰੇ ਚੁੱਪ ਕਰ ਜਾਂਦੇ ਨੇ, ਕੋਈ ਨਹੀਂ ਬੋਲਦਾ ਇਸ ਗੱਲ ਬਾਰੇ, ਕਿਸੇ ਨੂੰ ਇਸ ਗੱਲ ਬਾਰੇ ਕੋਈ ਪੁਖਤਾ ਪਤਾ ਹੀ ਨਹੀਂ ਹੈ। ਬਸ ਆਪਣੇ ਕੋਲੋਂ ਮਨ ਘੜੰਤ ਕਹਾਣੀਆਂ ਲੈ ਕੇ ਚੱਲੇ ਹੋਏ ਨੇ ਸੋਸ਼ਲ ਮੀਡੀਆ 'ਤੇ। ਪਤਾ ਚੱਲ ਵੀ ਉਹਦੀ ਉਹਦੀ ਸੱਸ ਜਿਹੜੀ ਆ ਉਹਦੇ 'ਤੇ ਅੰਨਾ ਤਸ਼ੱਦਦ ਕਰਦੀ ਸੀ, ਉਹਦੀ ਸੱਸ ਉਹਦੇ 'ਤੇ ਅਜਿਹੀਆਂ ਟੌਂਟਬਾਜ਼ੀਆਂ ਕਰਦੀ ਸੀ ਜਿਸ ਕਰਕੇ ਉਹਨੂੰ ਲਗਾਤਾਰ ਇਹ ਕਦਮ ਚੁੱਕਣਾ ਪੈ ਗਿਆ ਪਰੇਸ਼ਾਨ ਹੋ ਕੇ। ਹਾਲਾਂਕਿ ਇਹ ਚੀਜ਼ ਹੋ ਸਕਦਾ ਸੱਚ ਨਾ ਹੋਵੇ। ਮੈਂ ਨਾ ਹੀ ਮਨਦੀਪ ਦੇ ਸਹੁਰੇ ਪਰਿਵਾਰ ਦੇ ਹੱਕ ਦੇ ਵਿੱਚ ਹਾਂ, ਨਾ ਹੀ ਉਸਦੇ ਪੇਕੇ ਪਰਿਵਾਰ ਦੇ ਹੱਕ ਦੇ ਵਿੱਚ ਹਾਂ। ਹਾਂ, ਉਸ ਲੜਕੀ ਦੇ ਨਾਲ ਹਮਦਰਦੀ ਜ਼ਰੂਰ ਹੈ, ਉਸ ਲੜਕੀ ਦੇ ਨਾਲ ਹਮਦਰਦੀ ਹੈ ਜਿਸਨੇ ਖੁਦਕੁਸ਼ੀ ਕੀਤੀ ਹੈ, ਉਹ ਮਨਦੀਪ ਕੌਰ, ਉਹਦੀਆਂ ਬੱਚੀਆਂ ਨਾਲ ਹਮਦਰਦੀ ਹੈ। ਆਪਾਂ ਨੂੰ ਸਾਰਿਆਂ ਨੂੰ ਹਮਦਰਦੀ ਰੱਖਣੀ ਚਾਹੀਦੀ ਹੈ, ਪਰ ਬਿਨਾਂ ਸੱਚ ਜਾਣੇ ਅਸੀਂ ਆਪਣੇ ਵਿਚਾਰ ਪੇਸ਼ ਕਰੀ ਜਾਈਏ, ਇਹ ਇਨਸਾਫ਼ ਨਹੀਂ ਹੋ ਸਕਦਾ, ਇਹ ਗੱਲ ਠੀਕ ਨਹੀਂ ਹੈ। ਆਪਣੇ ਕੋਲੋਂ ਅਸੀਂ ਗੱਲਾਂ ਘੜੀ ਜਾਈਏ, ਆਪਣੇ ਕੋਲੋਂ ਅਸੀਂ ਗੱਲਾਂ ਮਾਰੀ ਜਾਈਏ, ਇਹ ਗੱਲ ਬਿਲਕੁਲ ਠੀਕ ਨਹੀਂ ਹੈ। ਇਸ ਗੱਲ ਦੇ ਉੱਪਰ ਝਾਤ ਮਾਰ ਲਈ ਜਾਵੇ, ਇਸ ਗੱਲ ਨੂੰ ਵਿਚਾਰ ਲਿਆ ਜਾਵੇ। ਆਖਰ ਦੇ ਵਿੱਚ ਇਹ ਗੱਲ ਕਿੰਨੀ ਕੁ ਦੇਰ ਅਸੀਂ ਕਰਦੇ ਰਹਾਂਗੇ? ਬਿਲਕੁਲ ਵੀ ਇਹਨਾਂ ਗੱਲਾਂ 'ਤੇ ਸਾਨੂੰ ਕੌਨਸਨਟ੍ਰੇਟ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ ਇਹਨਾਂ ਗੱਲਾਂ 'ਤੇ ਧਿਆਨ। ਅਸੀਂ ਆਪਣਾ ਧਿਆਨ ਕਰੀਏ, ਜਿੰਨਾ ਅਸੀਂ ਮਗਜ਼ ਖਪਾਈ ਕਰਦੇ ਹਾਂ, ਜੇ ਵਾਹਿਗੁਰੂ ਵਾਹਿਗੁਰੂ ਕਰ ਲਈਏ ਮੇਰੇ ਖਿਆਲ 'ਚ ਚੰਗਾ ਨਾ ਹੋਵੇ। ਜੇ ਅਸੀਂ
10 मिनट 20 मिनट बैठ के वाहिगुरु का जाप कर लिए तो चंगा ना हो फालतू गल्लां दे विच असीं लगे हुए हाँ फलाना हो गया जी ढगड़ा सर्टिफिकेट बंडन दे लगे हुए हाँ पहला दीप सिद्धू नाल इहो कीता असीं वह गद्दार है जी वह ऐ आ जी वह फलाना जी इन्हें ऐ किया उन्हें ओ किया चलो उन्हें लाल किले ते केसरी निशान साहब चलाता लोगों ने उन्हें गद्दार साबित करता वह गद्दार है जी वह ऐ आ जी वह फलाना जी वह टिकड़ा जी ठीक है जी ये गल हो गई। दूजे पासे लोगों ने उसनों देश का गद्दार बना के पेश करता तो जदों प्रधानमंत्री नरेंद्र मोदी कानूनी जेड़े सी बिल लैके आया किसान विरोधी बिल लैके आया तो फिर लोगों ने विरोध करना शुरू कर दिता। हाँ जी ये भी गल है एक पक्ष है जेड़े लोगों ने लॉकडाउन दे विच मोदी दे कहणते ताड़ियां बजाइया थालियां बजाइया दीवे लाए तो आखर दे विच ओ लोग दूसरे लोगों कह रहे सी इन्हां ने प्रधानमंत्री का हुक्म नहीं मन्निया कुछ साढ़े पुलिस मुलाजम वीर लोगों ये कह के कुट रहे कि जी इन्होंने प्रधानमंत्री नरेंद्र मोदी का हुक्म नहीं मनिया तो जदों फिर किसानी बिल आए उदों फिर क्यों विरोध करते उदों हुक्म से वह भी मनते फिर जाता ठीक है किसान विरोधी बिल से वह आपने उन्होंने एकता करके वापस करवाया आपने अपनी एक एकता करके जितया वह मोर्चा प्रदीप सिद्धू नाल जो किया असी उन्होंने सर्टिफिकेट वंडे गद्दारी दे ओ सही नहीं होया ते असी उनू गल नाल लाउणा सी नौजवान नू पर असी तां उसदे अंगेस्ट हो गए असी उहदे खिलाफ हो गए असी ये गल करके किते ना किते असी अपनी जिहड़ी है गल भी वक्ताजाई कीती है वक्ताजाई बहुत माड़ा होया चंगा नहीं होया जो होया जो कीता बहुत माड़ा होया ते चलो वह नौजवान चलिया गया पर अज एक मनदीप कौर दे खुदकुशी किए जाने का मामला है जिथे कि मनदीप कौर खुदकुशी कर गई तो पिछे अपने लिए गल्लां करन दे लिए लोग रह गए तो अपने वर्गे लोग गल्लां करदे ने फलाना हो गया जी ढिगड़ा हो गया हो सकदा है उस नौजवान बच्ची ने की अजिहा देखिया होवे अपने पति दे नाल की गिले शिकवे रहे होण कि उन्हें खुदकुशी कर ली। आखर दे विच पहली गल तो यह है कि खुदकुशी किसी मसले का हल नहीं उन्हें खुदकुशी की है बहुत माड़ा काम किया है अपनी धियां बारे सोचती अपने पेके परिवार बारे सोचती पर उस लड़की ने खुदकुशी करके बहुत गलत काम किया है तो उसनों इंसाफ मिलना चाहिए जो दोषी है जो उहदा पति है उहदे उपर कार्रवाई होनी चाहिए है पर असल दे विच असी बिना सच जाने अपने वालों मन घड़ंत कहानियां दे चलीए आए हाँ जी कुछ लोगों ने उहदी नणद नूं भी टारगेट किया फलाना जी ढिगड़ा जी सानूं कुछ नहीं पता इन्हां फालतू गल्लां विचों निकल के कुछ सच नाल जुड़न की कोशिश करिए कुछ सच नाल राबता कायम करिए चंगा होगा मन घड़ंत कहानियां नाल असीं अपना भी तो दूजे का भी कई बारी नुकसान कर बैठते हैं इन्हां गल्लां नूं समझ लिओ। सो इन्हां को बेनतियां ही मैं करनियां चाहुंदा सी सारिआं दा धन्नवाद जी वाहिगुरु जी का खालसा वाहिगुरु जी की फतेह।